ਜ਼ਿਲ੍ਹੇ ਸਾਡਾ ਪਿੰਡ ਬੱਬੇ ਵਾਲੀ ਆ। ਅਸੀਂ ਇੱਥੇ ਬੈਠੇ ਸੁਵਿਧਾ ਕੇਂਦਰ ਲਾਗੇ। ਇੱਥੇ ਮੁੰਡੇ ਦੋ ਆਏ ਆ, ਪਹਿਲਾਂ ਪਰਨ ਲੰਘ ਗਏ ਆ, ਫਿਰ ਉੱਧਰੋਂ ਦੀ ਆਏ ਆ, ਉਹਨਾਂ ਆਣ ਕੇ ਤਾਂ ਇੱਥੇ ਗੋਲੀਆਂ ਮਾਰੀਆਂ ਅਤੇ ਉਹ ਬਚਾਅ ਹੋ ਗਿਆ, ਮੁੰਡਿਆਂ 'ਤੇ ਗੋਲੀ ਲੱਗੀ ਨਹੀਂ। ਵੈਸੇ ਕਿਸੇ ਦੇ ਖੋਲ ਫੜੇ ਗਏ ਆ, ਪੁਲਿਸ ਨੂੰ ਦੇ ਤੇ ਐਸ ਐਸ ਪੀ ਸਾਹਿਬ। ਕਿੰਨੇ ਮੁੰਡੇ ਦੇ ਕਾਤੇ ਆਏ? ਦੋ ਮੋਟਰਸਾਈਕਲ 'ਤੇ ਹੀ ਦੋ ਜਣੇ, ਪਛਾਣ ਨਹੀਂ, ਮੂੰਹ ਬੱਧੇ ਉਹਨਾਂ। ਤੁਸੀਂ ਕਿੰਨੇ ਜਣੇ ਫੜੇ? ਅਸੀਂ ਹੈਗੇ ਜੀ 5-6 ਜਣੇ, ਚਾਰ ਫੈਰ ਕੀਤੇ ਇਹਨਾਂ, ਚਾਰ ਖੋਲ ਲੱਭੇ ਸਾਨੂੰ ਇੱਥੇ। ਦੋ ਬੰਦੇ ਆਏ ਆ, ਪਲਸ ਮੋਟਰਸਾਈਕਲ 'ਤੇ ਨਿਕਲ ਗਿਆ ਜੋਰ ਦੇ ਘਰਾਂ ਵੱਲ ਨੂੰ, ਉਹਨਾਂ ਆਉਂਦਿਆਂ ਹੀ ਚਾਰ ਫੈਰ ਕਰਕੇ ਅਤੇ ਮੁੰਡੇ ਭੱਜ ਗਏ ਪਲਸ 'ਤੇ। ਫਿਰ ਮੋਟਰਸਾਈਕਲ 'ਤੇ ਆਇਆ, ਮੋਟਰਸਾਈਕਲ 'ਤੇ ਉਹ ਵਾਪਸ ਭੱਜ ਗਏ, ਮੂੰਹ ਬੱਧੇ, ਗੋਈ ਵੱਜਣ ਤੋਂ ਬਚਾਅ, ਗੋਈ ਜਿਹੀਆਂ ਪੈਰਾਂ ਦੇ ਲਾਗੇ ਥੱਲੇ ਵੱਜੀਆਂ। ਥਾਣਾ ਤਿੱਬੜ ਦੇ ਵਿੱਚ ਇੱਕ ਕੰਪਲੇਂਟ ਮਸੂਲ ਹੋਈ ਸੀ, ਜਿਸ ਵਿੱਚ ਉਹਨਾਂ ਦੱਸਿਆ ਸੀ ਕਿ ਅੱਜ ਸ਼ਾਮ ਨੂੰ ਪਿੰਡ ਬੱਬੇ ਹਲੀ ਦੇ ਵਿੱਚ ਕੁਛ ਅਣਪਛਾਤੇ ਵਿਅਕਤੀਆਂ ਨੇ ਗੋਲੀਆਂ ਚਲਾਈਆਂ ਨੇ, ਜਿਸ ਦੇ ਸੰਬੰਧ ਵਿੱਚ ਅਸੀਂ ਤਫਤੀਸ਼ ਕਰ ਰਹੇ ਹਾਂ। ਮੁਕੱਦਮਾ ਜ਼ੇਰ ਧਾਰਾ 336 IPC ਦਰਜ ਰਜਿਸਟਰ ਕੀਤਾ ਗਿਆ ਹੈ। ਜੋ ਵੀ ਤਫਤੀਸ਼ ਦੇ ਵਿੱਚ ਦੋਸ਼ੀ ਪਾਏ ਜਾਣਗੇ ਉਹਨਾਂ ਦੇ ਖਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਊਗੀ। ਮੌਕੇ ਤੋਂ ਜੋ ਪਤਾ ਲੱਗਾ ਕਿ ਦੋ ਵਿਅਕਤੀ ਜਿਹੜੇ ਮੋਟਰਸਾਈਕਲ 'ਤੇ ਆਏ ਸੀ, ਗੋਲੀਆਂ ਚਲਾਉਣ ਤੋਂ ਬਾਅਦ ਉਹ ਵਾਪਸ ਜਿਹੜੇ ਚਲੇ ਗਏ ਨੇ, ਤਫਤੀਸ਼ ਅਸੀਂ ਕਰ ਰਹੇ ਹਾਂ। ਅਜੇ ਤੱਕ ਕਿਸੇ ਵੀ ਇਸ ਤਰ੍ਹਾਂ ਦੀ ਗੱਲ ਨੋਟਿਸ 'ਚ ਨਹੀਂ ਆਈ।